ਲਾਤਬੀਆ ਦੀ ਐਸ ਟਾਈਮ ਲੇਟੈਸਟ ਅਪਡੇਟ ਕੀ ਹੈ ਸਭ ਤੋਂ ਪਹਿਲਾਂ ਤਾਂ AIC ਡਿਸੀਜਨ ਨੂੰ 2 ਤੋਂ ਲੈ ਕੇ 2.5 ਮਹੀਨੇ ਲੱਗ ਰਹੇ ਐ ਜਿਨ੍ਹਾਂ ਦਾ ਐਸ ਟਾਈਮ AIC ਡਿਸੀਜਨ ਆ ਗਿਆ ਠੀਕ ਹੈ ਅਦਰਵਾਇਜ਼ ਸਾਰੇ ਕੈਂਡੀਡੇਟਸ ਦਾ ਕੇਸ ਡੈਫਰ ਹੋ ਰਿਹਾ ਹੈ ਸੈਕੰਡਲੀ ਕੇਸ ਡੈਫਰ ਉਹਨਾਂ ਦਾ ਹੋਊਗਾ ਜੇ ਤੁਹਾਡੀ ਟਿਊਸ਼ਨ ਫੀਸ ਪੇ ਹੈ ਜੇ ਤੁਹਾਡੀ ਟਿਊਸ਼ਨ ਫੀਸ ਪੇ ਨਹੀਂ ਹੈਗੀ ਫੇਰ ਕੇਸ ਡੈਫਰ ਨਹੀਂ ਹੋ ਸਕਦਾ ਸੈਕੰਡਲੀ ਇਨਫਾਰਮੇਸ਼ਨ ਏ ਹੈ ਜੇ ਤੁਹਾਡਾ ਪਹਿਲਾ ਵੀਜ਼ਾ ਰਿਜੈਕਟ ਹੋਇਆ ਤੁਸੀਂ ਦੁਬਾਰਾ ਅਪਲਾਈ ਕਰ ਰਹੇ ਹੋ ਹੈਲੋ ਵੈਰੀਫਿਕੇਸ਼ਨ ਸਿਰਫ ਇੱਕ ਵਾਰੀ ਯੂਜ਼ ਹੁੰਦੀ ਹੈ ਸੈਕੰਡ ਟਾਈਮ ਯੂਜ਼ ਨਹੀਂ ਹੁੰਦੀ ਤੁਹਾਨੂੰ ਦੁਬਾਰਾ ਤੋਂ ਹੈਲੋ ਵੈਰੀਫਿਕੇਸ਼ਨ ਕਰਨੀ ਪਊਗੀ ਜਿਹੜੀ ਕਿ ਸਿਰਫ 6 ਮਨ ਦੇ ਲਈ ਵੈਲਿਡ ਹੁੰਦੀ ਹੈ ਤੇ ਇਨੀਵੀਟੇਸ਼ਨ ਲੈਟਰ ਯੂਨੀਵਰਸਿਟੀ ਦੇ ਵੱਲੋਂ ਆ ਜਾਂਦਾ ਸੋ ਲਾਤਵੀਏ ਬਾਰੇ ਕਿਸੇ ਵੀ ਟਾਈਮ ਸਾਨੂੰ ਕਾਲ ਕਰ ਸਕਦੇ